ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਵੰਡੀਆਂ ਹੋਈਆਂ ਪਾਰਟੀਆਂ ਨੇ। ਇਸ ਕਰਕੇ ਕਾਂਗਰਸ ਦਾ ਮੁੱਖ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ ਹੈ, ਬਲਕਿ ਲੋਕਾਂ ਵਿੱਚ ਪਿਛਲੇ ਕਰਵਾਏ ਕੰਮਾਂ ਦੇ ਆਧਾਰ ਤੇ ਕਾਂਗਰਸ ਪਾਰਟੀ ਲੋਕਾਂ ਵਿੱਚ ਵਿਚਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਐਲਾਨੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਅੱਜ ਪਾਰਟੀ ਦੇ ਵਿਧਾਇਕਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਇਸ ਮੌਕੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹ ਵਰਕਰਾਂ ਤੇ ਹਲਕੇ ਦੇ ਵੋਟਰਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਉਹਨਾਂ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੇਵਾ ਕਰਨਾ ਚਾਹੁੰਦੇ ਨੇ। ਨੋਟਬੰਦੀ ਅਤੇ GST ਲਗਾ ਕੇ ਮੋਦੀ ਸਰਕਾਰ ਵੱਲੋਂ ਜੋ ਇੱਥੇ ਦੀ ਉਦਯੋਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਨੂੰ ਮੁੜ ਸੁਰਜਿਤ ਕੀਤਾ ਜਾਵੇਗਾ। ਮੈਂ ਜੀ ਅੱਜ ਕਾਂਗਰਸ ਪਾਰਟੀ ਦੀ ਟਿਕਟ ਲੈ ਕੇ ਕਾਂਗਰਸ ਪਾਰਟੀ ਦੇ ਇੱਥੋਂ ਦੇ ਸਾਰੇ ਲੀਡਰਾਂ ਦਾ ਧੰਨਵਾਦ ਕਰਨ ਲਈ ਔਰ ਮੈਂ ਇੱਥੋਂ ਦੀ ਇਹ ਸ਼ਹੀਦਾਂ ਦੀ ਧਰਤੀ 'ਤੇ ਨਤਮਸਤਕ ਹੋਣ ਆਇਆ, ਮੱਥਾ ਜੋੜਨ ਆਇਆ ਔਰ ਆਸ਼ੀਰਵਾਦ ਲੈਣ ਆਇਆ ਬਾਬਿਆਂ ਤੋਂ ਕਿ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਇਸ ਧਰਤੀ ਦੀ ਪੂਰੀ ਤਨ ਮਨ ਨਾਲ ਪੂਰੀ ਜਾਨ ਲਾ ਕੇ ਪੂਰੀ ਮਿਹਨਤ ਕਰਕੇ ਇਸ ਧਰਤੀ ਦੀ ਸੇਵਾ ਕਰ ਸਕਾਂ। ਦੇਖੋ ਪ੍ਰਿਓਰਿਟੀ ਮੇਰੀ ਰਹੂਗੀ, ਮੇਰੀ ਕੀ ਪਾਰਟੀ ਦੀ ਪ੍ਰਿਓਰਿਟੀ ਹੁੰਦੀ ਹੈ, ਕਿਸੇ ਇੱਕ ਬੰਦੇ ਦੀ ਪ੍ਰਿਓਰਿਟੀ ਨਹੀਂ ਹੁੰਦੀ ਹੈਗੀ। ਕਾਂਗਰਸ ਪਾਰਟੀ ਦੀ ਪ੍ਰਿਓਰਿਟੀ ਹੈ ਬੇਰੁਜ਼ਗਾਰੀ ਇਸ ਮੁਲਕ 'ਚੋਂ ਖਤਮ ਕਰਾਉਣਾ, ਇਸ ਮੁਲਕ 'ਚੋਂ ਕਿਸਾਨਾਂ ਦੀ ਸਮੱਸਿਆ ਦਾ ਖਾਤਮਾ ਕਰਨਾ, ਲੋਕਾਂ ਨੂੰ ਮਜ਼ਦੂਰੀ ਦਵਾਉਣਾ ਔਰ ਦੂਸਰੀਆਂ ਸਹੂਲਤਾਂ ਦਵਾਉਣਾ, ਜਿਹੜੀਆਂ ਆਪਣੇ ਸਿੱਖਿਆ ਦੀਆਂ, ਹੈਲਥ ਦੀਆਂ, ਜਿਹੜੀਆਂ ਕਾਂਗਰਸ ਪਾਰਟੀ ਦੀਆਂ ਪ੍ਰਿਓਰਿਟੀ, ਮੇਰੀਆਂ ਵੀ ਉਹ ਹੀ ਨੇ। ਔਰ ਇਸ ਹਲਕੇ 'ਚ ਤਾਂ ਬਹੁਤ ਜ਼ਿਆਦਾ ਪਹਿਲਾਂ ਇੰਡਸਟਰੀ ਹੁੰਦੀ ਸੀ ਜਿਹੜੀ ਡੀਮੋਨੀਟਾਈਜੇਸ਼ਨ, ਨੋਟਬੰਦੀ ਨੇ ਔਰ GST ਨੇ ਖਤਮ ਕੀਤੀਆਂ। ਮੇਰੀ ਉਹ ਪ੍ਰਿਓਰਿਟੀ ਆ ਕਿ ਇੱਥੇ ਨੌਕਰੀਆਂ ਲਿਆਉਣ ਲਈ ਜਿੰਨੀ ਇੰਡਸਟਰੀ ਇੱਥੇ ਬੰਦ ਹੋਈ ਆ ਉਹ ਜਲਦੀ ਤੋਂ ਜਲਦੀ ਸ਼ੁਰੂ ਕਰਾਉਣਾ ਔਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਾਉਣਾ ਔਰ ਮਜ਼ਦੂਰਾਂ ਨੂੰ ਜਦੋਂ ਵੀ ਉਹ ਜਿੰਨੀ ਮਜ਼ਦੂਰੀ ਚਾਹੁੰਦੇ ਉਹ ਮਿਲ ਸਕੇ, ਇਹਨਾਂ ਗੱਲਾਂ 'ਤੇ ਮੈਂ ਤਾਕਤ ਲਾਊਂ। ਮੇਰਾ ਖਿਆਲ ਮੁਕਾਬਲਾ ਤਾਂ ਕਾਂਗਰਸ ਦਾ ਕਿਸੇ ਨਾਲ ਵੀ ਨਹੀਂ। ਪੰਜਾਬ 'ਚ ਦੋਵੇਂ ਅਕਾਲੀ ਪਾਰਟੀ ਔਰ ਆਮ ਪਾਰਟੀ ਤਾਂ ਵੰਡੀਆਂ ਹੋਈਆਂ ਪਾਰਟੀਆਂ ਨੇ, ਇਸ ਵੇਲੇ ਤਿੰਨ ਤਿੰਨ ਚਾਰ ਚਾਰ 'ਚ ਖੰਡੜੀਆਂ ਹੋਈਆਂ ਪਾਰਟੀਆਂ ਨੇ, ਕਿਸੇ ਵਕਤ ਤੋਂ ਹੁੰਦੀਆਂ ਸੀ ਮੁਕਾਬਲੇ 'ਚ। ਇਸ ਵੇਲੇ ਦਾ ਕਾਂਗਰਸ ਨੂੰ 13 ਦੀਆਂ 13 ਸੀਟਾਂ ਮਿਲਣੀਆਂ ਨੇ ਔਰ ਫਤਿਹਗੜ੍ਹ ਸਾਹਿਬ ਵੀ ਅਸੀਂ ਲੱਖਾਂ ਦੇ ਫਰਕ ਨਾਲ ਅਸੀਂ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਇਹ ਸੀਟ ਪਾਵਾਂਗੇ।